ਇਸ ਵੇਲੇ ਫਰੀਦਕੋਟ ਦੇ SSP ਦਫ਼ਤਰ ਦੇ ਬਾਹਰ ਖੜ੍ਹੇ ਹਾਂ। ਆਪਾਂ ਸਰ ਜਾਣਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਪੁਲਿਸ ਚੁੱਕਦੀ ਆ ਅਤੇ ਨੌਜਵਾਨ ਲਾਪਤਾ ਕਰ ਦਿੱਤਾ ਜਾਂਦਾ। ਉਸ ਨੌਜਵਾਨ ਦਾ ਨਾਮ ਜਸਪਾਲ ਸਿੰਘ, ਉਸ ਦੀ ਲਾਸ਼ ਕਿੱਥੇ ਗਈ, ਉਸ ਨਾਲ ਕੀ ਵਾਪਰਿਆ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪਿੱਛੇ ਇੱਕ ਧਰਨਾ 3 ਦਿਨਾਂ ਤੋਂ ਲਗਾਤਾਰ ਫਰੀਦਕੋਟ ਦੇ ਵਿੱਚ ਚੱਲ ਰਿਹਾ। ਮੇਰੇ ਨਾਲ ਇਸ ਵੇਲੇ ਉਸ ਨੌਜਵਾਨ ਦੇ ਨਾਨਾ ਜੀ ਹੀਰਾ ਸਿੰਘ ਹਾਜ਼ਰ ਨੇ। ਬਾਪੂ ਜੀ, ਕੀ ਮਹਿਸੂਸ ਕਰਦੇ ਹੋ ਕਿ ਤੁਹਾਡੇ ਪਰਿਵਾਰ ਨਾਲ ਕੀ ਵਾਪਰ ਗਿਆ? ਇਸ ਤਰ੍ਹਾਂ ਜੀ ਲੰਮੇ ਪੈ ਸਾਂ, ਸੁੱਤੇ ਪਏ ਸਾਂ ਜੀ। ਇੱਕ ਤੜਕੇ ਉੱਠ ਕੇ ਮੈਂ ਬੱਚੇ ਨੂੰ ਆਖਿਆ, ਮੈਂ ਆਖਿਆ ਤੂੰ ਨਾ ਘਰ ਚਲਾ ਜਾ, ਤੇਰੀ ਮਾਂ ਨੇ ਫੋਨ ਕੀਤਾ, ਇਹ ਚੰਗਾ ਨਾਨਾ ਜੀ ਚਲਾ ਜਾਣਾ। ਆਪਦੀ ਸ਼ਰਟ ਵੀ ਨਹੀਂ ਪਾਈ, ਸ਼ਰਟ ਵੀ ਦੂਜੇ ਮੁੰਡੇ ਦੀ ਪਾੜੀ ਲੀੜੇ ਰੱਖ ਆਇਆ ਉੱਥੇ। ਜਦੋਂ ਉੱਥੇ ਚਲਾ ਗਿਆ, ਫਰੀਦਕੋਟ ਆ ਗਿਆ। ਫਰੀਦਕੋਟ ਤੋਂ 2 ਵਜੇ ਮੇਰੇ ਪੁੱਤਰ ਨਾਲ ਨਿਖੜ ਗਿਆ, ਕਹਿੰਦਾ ਮੈਂ ਗੁਰਦੁਆਰੇ ਜਾਣਾ। ਕੀ ਨਾਂ ਗੁਰਦੁਆਰਾ? ਰੱਤੀ ਰੋੜੀ। ਉਹ ਰੱਤੀ ਰੋੜੀ ਵੀ ਮੇਰਾ ਨਾ ਸਾਥੀ ਇੱਕ, ਮੈਂ ਉਹਨੂੰ ਮਿਲਣਾ ਚਾਹੁੰਦਾ। ਮੈਨੂੰ ਉਹਨੇ ਪਤਾ ਨਹੀਂ ਫੋਨ ਕੀਤਾ ਜਾਂ ਨਹੀਂ ਕੀਤਾ, ਮੈਂ ਉਦੋਂ ਉਸ ਕੋਲ ਲਾਗੇ ਨਹੀਂ ਸਾਂ। ਉਹ ਕਹਿੰਦਾ ਮੈਂ ਰੱਤੀ ਰੋੜੀ ਜਾ ਵਾਂ, ਰਾਤ ਰਹਿ ਵਾਂ ਅਤੇ ਤੜਕੇ ਅਗਲੇ ਦਿਨ ਆ ਜਾਊਂਗਾ। ਮੈਂ ਚੰਗਾ ਮੇਰਾ ਪੁੱਤਰਾਂ ਦਾ ਜਾ ਪਹਿਲੋਂ ਜਾ ਵੜਦਾ, ਇਹ ਪਹਿਲੀ ਵਾਰ ਨਹੀਂ ਗਾ, ਪਹਿਲੋਂ ਜਾ ਵੜਦਾ। ਅੱਛਾ ਜੀ, ਉੱਥੇ ਚਲਾ ਗਿਆ, ਉੱਥੇ ਗੁਰਦੁਆਰੇ 'ਚ ਰਾਤ ਰਿਹਾ। ਜਿਹੜੇ ਗੁਰਦੁਆਰੇ ਗਿਆ ਉੱਥੇ ਰਾਤ ਰਿਹਾ। ਉੱਥੋਂ 11 ਵਜੇ ਪੁਲਿਸ ਨੇ ਚੁੱਕ ਲੈਂਦੀ ਆ, ਰਾਤ 11 ਵਜੇ ਚੁੱਕ ਲੈਂਦੀ ਆ। ਮੈਨੂੰ ਤੜਕੇ 6 ਵਜੇ ਫੋਨ, ਮੈਨੂੰ ਇਹ ਨਹੀਂ ਪਤਾ ਗ੍ਰੰਥੀ ਨੇ ਕੀਤਾ ਜਾਂ ਕਿਸੇ ਹੋਰ ਨੇ ਕੀਤਾ, ਸਾਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਪੁਲਿਸ ਵਾਲੇ ਲੈ ਕੇ ਚੁੱਕੇ ਰਾਤ ਦੇ 11 ਵਜੇ, ਬਾਹਰ ਵੀ ਨਹੀਂ ਖੋਲੇ ਜੀ, ਕੰਧਾਂ ਟੱਪ ਕੇ ਪੁਲਿਸ ਗਈ 11 ਵਜੇ ਨਾ ਲੈ ਗਈ ਉਹਨੂੰ। ਅੱਛਾ, ਅਸੀਂ ਭਾਲਣ ਲੱਗ ਪਏ। ਸਾਡਾ ਇੱਕ ਬਲਤਾਰ ਸਿੰਘ, ਮਤਲਬ ਆ ਪੁਲਿਸ ਡਿਪਾਰਟਮੈਂਟ ਦੇ ਵਿੱਚ, 18 ਤਰੀਕ ਦੀ ਗੱਲ ਆ, 18 ਤਰੀਕ ਦੀ ਗੱਲ। ਅੱਛਾ, ਜਦੋਂ ਅਸੀਂ ਉਹਨੂੰ ਪੁੱਛਿਆ ਵੀ ਸਾਨੂੰ ਬੱਚਾ ਯਾਰ ਸਾਡਾ ਲੱਭ ਗਏ ਤੇ ਪੁਲਿਸ ਵਾਲਿਆਂ ਦੇ ਕੋਲ ਆ, ਉਹਨੇ ਫੋਨ ਕੀਤਾ ਕਦੇ ਕਿਤੇ ਕਦੇ ਕਿਤੇ, ਫਿਰ ਅਖੀਰੀ ਉਹਦਾ ਬੱਚਾ ਮਿਲ ਗਿਆ। ਮੈਂ ਕਿੱਥੋਂ, ਮੇਰੇ ਮੁੰਡੇ ਨੇ ਪੁੱਛਿਆ, ਆਉਂਦਾ 70 ਥਾਣੇ ਦੇ ਵਿੱਚ ਸੀ ਅਤੇ ਮੈਨੂੰ ਰਜਿੰਦਰ ਸਿੰਘ ਥਾਣੇਦਾਰ ਆਉਂਦਾ ਵੀ ਮੈਂ ਛੱਡ ਚੁੱਕਿਆ, 5 ਵਜੇ ਤੜਕੇ ਛੱਡਤਾ, ਜਿਹਦਾ ਫੜਾਉਣ ਵਾਲੇ ਦਾ ਫੋਨ ਆਇਆ ਉਸੇ ਛਡਾਉਣ ਵਾਲਾ ਆ ਗਿਆ। ਅੱਛਾ, ਉਹਨੇ ਛੱਡ ਦਿੱਤੇ ਅਤੇ ਸਾਨੂੰ ਆਪਦਾ ਨੰਬਰ ਦਿੱਤਾ ਵੀ ਤੁਸੀਂ ਮੇਰੇ ਕੋਲ ਆਓ। ਅਸੀਂ ਉਹਦੇ ਕੋਲ ਚਲੇ ਗਏ, ਨਰਿੰਦਰ ਸਿੰਘ ਦੇ ਕੋਲ ਚਲੇ ਗਏ। ਬੜਾ ਖੁਦ ਸਾਨੂੰ ਉਹਨੇ ਨਾ ਪਿਆਰ ਕੀਤਾ ਵੀ ਬੱਚਾ ਤੁਹਾਡਾ ਹੈਗਾ ਸੀ ਮੇਰੇ ਕੋਲ ਅਤੇ ਬੱਚਾ ਮੈਂ ਕਿਸੇ ਨੂੰ ਦੇ ਬੈਠਾ। ਉਸ ਵੇਲੇ ਨਰਿੰਦਰ ਸਿੰਘ ਡਰਿਆ ਜਾਂ ਜਾਪਿਆ? ਡਰਿਆ ਛੱਡ ਕੇ ਮੁੜਕਾ ਨੂੰ ਆਉਂਦਾ ਪਿਆ ਸੀ, ਮੁੜਕਾ ਪਹੁੰਚਦਾ ਪਿਆ ਹਿਰਮਾਲ ਨਾਲ, ਸਾਨੂੰ ਉਹਨੇ ਚਾਹ ਪਿਆਈ ਅਤੇ ਫਿਰ ਉਹਨੇ ਇਹ ਵੀ ਗੱਲ ਆਖੀ ਆ ਵੀ ਮੈਂ ਬੜਾ ਮਾੜਾ ਕੰਮ ਕਰ ਬੈਠਾ। ਇਹ ਵੀ ਗੱਲ ਸਾਨੂੰ ਆਖੀ ਆ, ਨਰੇ ਮੁੰਡੇ ਬਾਰੇ ਆਖੀ ਜਾਂ ਕਿਵੇਂ ਆਖੀ ਆ ਮਾੜਾ ਕੰਮ। ਫਿਰ ਸਾਡੇ ਸਰਪੰਚ ਸਾਹਿਬ ਦਾ ਫੋਨ ਆਇਆ ਉਹਨੂੰ ਉੱਥੇ ਬੈਠਿਆ ਸੀ ਵੀ ਬੱਚਾ ਜੇ ਤੇਰੇ ਕੋਲ ਗਿਆ ਤਾਂ ਲਾ। ਵੋਟਾਂ ਵਾਲੇ ਦਿਨ ਦੀ ਗੱਲ ਆ, ਵੋਟਾਂ ਵਾਲੇ ਦਿਨ 19 ਤਰੀਕ ਦੀ 19 ਤਰੀਕ ਵੋਟਾਂ ਵਾਲੇ ਦਿਨ ਦੀ ਗੱਲ। ਅੱਛਾ, ਉਹਨੇ ਸਾਨੂੰ ਆਖਿਆ ਵੀ ਤੁਸੀਂ ਨਾ ਸਵੇਰੇ ਆ ਜਾਏ, ਅੱਜ ਤਾਂ ਵੋਟਾਂ ਪੈਂਦੀਆਂ, ਸਵੇਰੇ ਆ ਜਾਇਓ ਜੇ ਅਤੇ ਮੈਂ ਤੁਹਾਨੂੰ ਬੱਚਾ ਲੱਭ ਦਊਂਗਾ ਜਿਹੜਾ ਵੀ ਲਿਖਿਆ ਅਤੇ ਮੈਂ ਤੁਹਾਨੂੰ ਨਿਆਂਗੇ ਅਤੇ ਮੈਂ ਲੱਭ ਦਊਂਗਾ। ਚਲੋ, ਅਸੀਂ ਉਹਦੇ ਵਿਸ਼ਵਾਸ 'ਚ ਘਰ ਚਲੇ ਗਏ। ਘਰ ਉਦੋਂ ਬਾਅਦ ਇਹ ਗੱਲ ਹੋਈ ਵੀ ਸਾਨੂੰ ਫੋਨ ਥਾਣੇ 'ਚੋਂ ਆਇਆ ਵੀ ਤੁਸੀਂ ਨਰਿੰਦਰ ਸਿੰਘ ਨਾਲ ਕੁਛ ਆਖਿਆ, ਅਸੀਂ ਵੀ ਅਸੀਂ ਤਾਂ ਆਪਦੇ ਬੱਚੇ ਦੀ ਮੰਗ ਮੰਗੀ ਆ, ਹੋਰ ਅਸੀਂ ਤਾਂ ਕੋਈ ਨਹੀਂ ਆਖਿਆ। ਸਾਨੂੰ ਨਹੀਂ ਪਤਾ ਸੀ ਵੀ ਉਹਦਾ ਮਤਲਬ ਗੋਲੀ ਮਾਰ ਗਿਆ। ਕਿੰਨੇ ਕੁ ਵਜੇ ਫੋਨ ਆਉਂਦਾ ਤੁਹਾਨੂੰ? ਇਹ ਮੇਰੇ ਟਾਈਮ ਤਾਂ ਨਹੀਂ ਵੇਖਿਆ, 4 ਕੁ ਵਜੇ ਦੁਪਹਿਰੋਂ ਬਾਅਦ, ਹਾਂ ਦੁਪਹਿਰੋਂ ਬਾਅਦ 4 ਵਜੇ ਮੇਰੇ ਖਿਆਲ ਸੀ ਵੀ 3 ਵਜੇ ਤਾਂ ਉਹਦੇ ਕੋਲ ਹੋ ਕੇ ਗਏ ਸੀ ਜੀ, 2:30 ਵਜੇ ਤੋਂ ਲੈ ਕੇ 3 ਵਜੇ ਤੱਕ ਬੈਠੇ ਰਹੇ ਉਹਦੇ ਕੋਲ, 5-6 ਹਾਂ ਬਸ 4 ਕੁ ਵਜੇ ਪਿੱਛੇ ਗੱਲ ਹੋਈ। ਫਿਰ ਸਾਨੂੰ ਫੋਨ, ਫਿਰ ਇੱਥੋਂ ਚਲਾ ਗਿਆ ਥਾਣਿਓਂ ਵੀ ਨਰਿੰਦਰ ਸਾਨੂੰ ਕੁਛ ਆਖਿਆ ਨਹੀਂ, ਮੈਂ ਆਖਿਆ ਸੀ ਕੋਈ ਗੱਲ ਨਹੀਂ, ਸਾਡੇ ਨਾਲ ਤਾਂ ਇੰਨੀ ਗੱਲ ਹੋਈ ਆ ਵੀ ਮੈਂ ਬੱਚਾ ਦੇ ਦੂੰ, ਅਸੀਂ ਮੋੜਾ ਹਾਂ। ਅਸੀਂ ਨਰਿੰਦਰ ਸਿੰਘ ਨੂੰ ਫੋਨ ਲਾਇਆ ਬਾਅਦ ਦੇ 'ਚ, ਉਹਨੇ ਫੋਨ ਚੁੱਕਿਆ ਨਹੀਂ, ਘੈਂਟੀ ਵੱਜਦੀ ਸੀ, ਅਸੀਂ ਉਹ ਨਾ ਫੋਨ ਕੱਟਦਾ, ਉਹਨਾਂ ਵਿੱਚੋਂ ਰੌਲਾ ਪੈ ਗਿਆ 10-15 ਮਿੰਟਾਂ ਵਿੱਚੋਂ ਵੀ ਉਹ ਗੋਲੀ ਮਾਰ ਗਈ। ਆਹ ਇੰਨਾ ਚੱਕਰ ਹੋਇਆ, ਤੜਕੇ ਅਸੀਂ ਫਿਰ ਆਪਦੇ ਮੰਤਰੀ ਸਾਹਿਬ ਕੋਲ, ਪੰਚਾਇਤਾਂ 4 ਪਿੰਡਾਂ ਦੀ ਲੈ ਕੇ ਆਇਆ। ਕਿਹੜੇ ਮੰਤਰੀ ਕੋਲ? ਕਿੱਕੀ ਚੜੋਂ ਕੋਲ, ਉਹਦੇ ਕੋਲ, ਜਦੋਂ MLA ਇਸ ਇਲਾਕੇ ਦਾ, ਇਸ ਇਲਾਕੇ ਦਾ MLA। ਮੈਂ ਨਿੰਦਾ ਨਹੀਂ ਉਹਦੀ ਕਰਦਾ, ਮੈਂ ਸਹੀ ਗੱਲ ਜਿਹੜੀ ਬਣੂ ਉਹ ਦੱਸੂਗਾ। ਜਦੋਂ ਮੈਂ ਉਹਦੇ ਕੋਲ ਆਇਆ, ਮਿਹਨਤ ਕੀਤੀ ਸਾਰੀ ਪੰਚਾਇਤ ਨੇ ਵੀ ਜੇ ਬੱਚਾ ਕਿਤੋਂ
ਲੱਭਦਾ ਤੇ ਮੈਂ ਕਿਹਾ ਜੀ ਦੇ ਦਿਓ, ਮੈਂ ਆਪਦੀ ਧੀ ਨੂੰ ਕੀ ਆਖੂਆਂ, ਮੈਂ ਗੁਨਾਹਗਾਰ ਹੋ ਗਿਆ ਜਿਹੜਾ ਮੈਂ ਬੱਚਾ ਮਤਲਬ ਘੱਲ ਬੈਠਾ ਤੇ ਮੈਨੂੰ ਜੀ ਲੈ ਦਿਓ। ਉਹਨੇ ਜੀ ਦੋ ਠਾਠੀਆਂ, ਮੈਂ ਜਿਹੜੀ ਚੀਜ਼ ਵੇਖੀ ਆ ਦੋ ਠਾਠੀਆਂ ਵੱਧੀਆਂ ਸੀ ਤੇ ਮੈਨੂੰ ਇੰਨੀ ਗੱਲ ਕਹਿਤਾ ਵੀ ਮੈਂ ਐਸ ਪੀ ਨੂੰ ਫੋਨ ਕਰ ਦਿੰਦਾ ਤੇ ਬੱਚਾ ਜਿਹੜਾ ਉਹ ਹੋਰ ਕਿਸਮ ਦਾ ਨਾ ਹੋਵੇ। ਮੈਂ ਜੀ ਕੋਈ ਬੱਚਾ ਨਹੀਂ ਸੀ, ਉਹਦੇ ਕੋਲੋਂ 100 ਰੁਪਇਆ ਨਿਕਲਿਆ ਤੇ ਇੱਕ ਬਣਵਾ ਮੋਬਾਈਲ 'ਚ ਆਹ ਚੀਜ਼ ਸੀ। ਉਦੋਂ ਪਿੱਛੇ ਫਿਰ ਮੈਂ ਆ ਗਿਆ, ਮੈਂ ਕਿਹਾ ਆਪਣੀ ਕਿਹਨੇ ਸੁਣਨੀ ਆ ਆਪਾਂ ਨੂੰ। ਫਿਰ ਜਦੋਂ ਕਿੱਕੀ ਢਿੱਲੋਂ ਨੇ ਇਹ ਕਿਹਾ ਕਿ ਮੈਂ ਐਸ ਐਸ ਪੀ ਨੂੰ ਫੋਨ ਕਰ ਦਿੰਦਾ ਤੁਹਾਨੂੰ ਬੱਚਾ ਮਿਲ ਜੂਗਾ, ਕੀ ਬੱਚਾ ਮਿਲ ਗਿਆ? ਨਹੀਂ ਮਿਲਿਆ, ਅੱਛਾ ਉਹਨੇ ਇਨਕੁਆਇਰੀ ਕਰਾ ਦੇਣਾ। ਮੈਂ ਆਖਿਆ ਯਾਰ ਸਿੱਧੇ ਮੂੰਹ ਬੋਲਿਆ ਨਹੀਂ, ਘਰ ਚੱਲੀਏ ਚਰਨਿਆਂ, ਬੱਚਾ ਤਾਂ ਆਪਣਾ ਚਲਾ ਗਿਆ, ਹੁਣ ਆਪਾਂ ਨੂੰ ਧੀ ਨੂੰ ਕੋਈ ਜਵਾਬ ਦੇਣਾ ਪਊਗਾ, ਬੱਚਾ ਮੁਸ਼ਕਲ ਲੱਭੇ। ਮੈਂ ਆਖਿਆ ਜੀ ਅਸੀਂ ਚਲੇ ਜਾਂਦੇ ਇਸ ਤਰ੍ਹਾਂ ਕਹਿ ਕੇ। ਕਿੱਕੀ ਢਿੱਲੋਂ ਤੁਹਾਡੇ ਇਲਾਕੇ ਦਾ ਐਮਐਲਏ ਆ, ਤੁਸੀਂ 3 ਦਿਨ ਹੋ ਗਏ ਇੱਥੇ ਬੈਠੇ ਹੋ, ਕਦੇ ਆਇਆ? ਨਹੀਂ ਜੀ ਨਹੀਂ ਆਇਆ। ਫਿਰ ਇਹ ਵੀ ਨਹੀਂ ਦਾ ਸਲੂਕ ਉਹਦੀ ਮਾਂ ਨਾਲ ਪਿਓ ਨਾਲ ਇਸ ਤਰ੍ਹਾਂ ਸੀ ਜਿਵੇਂ ਕੋਈ ਘਰ ਦੇ ਮੈਂਬਰ ਉਸ ਐਮਐਲਏ ਨਾਲ ਤੁਹਾਡਾ। ਹਾਂ ਇੰਨਾ ਸੂਤ ਇੱਕ ਦਿਨ ਪਹਿਲਾਂ ਸਾਡੇ ਕੋਲ ਗਿਆ, ਮੈਂ ਆਪਦੀ ਦੁਕਾਨ ਆ ਮੇਰੀ, ਮੈਂ ਚਾਹ ਪਾਣੀ ਪਿਆਇਆ, ਵੋਟਾਂ ਮੰਗਣ ਪਿਆ, ਮੇਰੇ ਨਾਲ ਵਿਹੜਾ ਜੁਆਇੰਟ ਹੋਇਆ, 200 ਬੰਦਾ ਮਗਰ ਸੀ ਵੋਟਾਂ ਲਈ ਤੁਹਾਡੇ ਕੋਲ ਆਇਆ, ਵੋਟਾਂ ਲਿਆ, ਦੁੱਖ ਦਰਦ 'ਚ ਨਹੀਂ ਆਇਆ? ਨਾ ਨਹੀਂ ਨਾ, ਮੈਨੂੰ ਅੱਜ ਦੁੱਖ ਭਰੀ ਇਹ ਕਹਾਣੀ ਦੱਸੋ। ਇਹ ਸਾਡੀ ਗੱਲ ਨੂੰ ਹੋ ਸਕਦਾ ਕਿੱਕੀ ਢਿੱਲੋਂ ਵੀ ਸੁਣ ਰਿਹਾ ਹੋਵੇ, ਕੀ ਕਹਿਣਾ ਚਾਹੁੰਦੇ ਉਹਨੂੰ? ਮੈਂ ਤਾਂ ਜੀ ਕੁਛ ਨਹੀਂ ਕਰਨਾ ਚਾਹੁੰਦਾ, ਆਪਦਾ ਜਿਹੜਾ ਰਾਜਾ ਮੈਂ ਫਰਿਆਦ ਕਰਨ ਵਾਸਤੇ ਗਿਆ ਸੀ, ਮੈਂ ਰਾਜੇ ਨੇ ਫਰਿਆਦ ਨਹੀਂ ਸੁਣੀ ਅਤੇ ਮੇਰੀ ਜਨਤਾ ਨੇ ਆਵਾਜ਼ ਸੁਣੀ, ਮੇਰੇ ਨਗਰ ਨੇ ਆਵਾਜ਼ ਸੁਣੀ ਆ। ਸੰਘਰਾਵੁਰ ਮੇਰਾ ਨਗਰ ਆ, ਇੱਕ ਮੇਰਾ ਨੱਥਲਾ ਨਗਰ ਆ, ਦੋ ਨਗਰਾਂ ਨੇ ਫਿਰ ਟੁੱਟ ਕੇ ਪੈ ਗਏ ਆ, ਭੈਣਾਂ ਮਾਵਾਂ ਬੱਚੇ ਕੋਈ ਅੰਤਰੀ ਜੀ ਸਾਰੇ ਕਰਲਾਉਂਦੇ ਪਏ, ਜਥੇਬੰਦੀਆਂ ਤੁਹਾਡੇ ਨਾਲ, ਜਥੇਬੰਦੀਆਂ ਨਾਲ ਆ। ਫਿਰ ਜਥੇਬੰਦੀਆਂ ਨਾਲ ਆਇਆ ਅਤੇ ਉਹਨੇ ਮੈਨੂੰ ਐਸ ਐਸ ਪੀ ਦੇ ਕੋਲ ਪੇਸ਼ ਕਰਵਾਇਆ। ਐਸ ਪੀ ਆਉਂਦਾ ਬਈ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ, ਮੈਂ ਲੱਭੂੰਗਾ, ਮੈਨੂੰ ਇਸੇ ਤਰ੍ਹਾਂ ਟਾਲੇ ਮਾਰ ਦੇ। ਮੈਂ ਸਾਰੀ ਦਿਹਾੜੀ ਬਹਿ ਕੇ ਉੱਠ ਗਿਆ, ਮੈਂ ਚਲੇ ਜਾਣਾ ਸੀ ਘਰ। ਅਗਲੇ ਦਿਨ ਫਿਰ ਆਏ ਸੀ ਉਹ, ਆਹ ਵੋਟਾਂ ਦੇਣੀ ਆਓ, ਅਗਲੇ ਦਿਨ ਆਏ ਹਾਂ ਫਿਰ ਉਹਨਾਂ ਦੇ ਕੋਲ ਵੀ ਤੜਕੇ ਤੁਹਾਨੂੰ 9 ਵਜੇ ਦੱਸ ਦੂੰ। ਜਦੋਂ ਅਸੀਂ ਪੁੱਛਣ ਵਾਸਤੇ ਆਏ ਬੱਚਾ, ਉਹਨਾਂ ਨੇ ਕਿਹਾ 5 ਵਜੇ ਮੈਂ ਦੱਸੂ। ਮੈਨੂੰ ਜੀ ਉਹਨਾਂ ਨੇ ਪਾਣੀ ਪਿਆਇਆ, ਸਾਰੀ ਸੰਗਤ ਨੂੰ ਪਾਣੀ ਪਿਆਇਆ, 25-30 ਜੀ ਸਾਂ ਮੈਨੂੰ ਨਾ, ਮੈਂ ਇੱਥੇ ਆਸ ਰੱਖ ਲਈ। ਮੈਂ ਕਿਹਾ ਇਹ ਅਵਸਰ ਬੱਚਾ ਮੇਰਾ ਲੱਭ ਕੇ ਜਾਊ, ਮੇਰਾ ਮਨ ਜਿਹੜਾ ਖੁਸ਼ੀ ਹੋ ਗਿਆ ਵੀ ਬੱਚਾ ਜ਼ਰੂਰ ਲੱਭੂਗਾ, ਭਲਾ ਕਿੱਥੋਂ ਲੱਭੇ। ਅੱਛਾ ਮੈਂ ਥੱਲੇ ਆ ਗਏ, ਉਦੋਂ ਪਿੱਛੇ ਇੱਕ ਪੱਤਰਕਾਰ ਸਾਡਾ ਉਹਦਾ ਨਜ਼ਦੀਕੀ ਆ, ਜਿਹਨੇ ਆਵਾਜ਼ ਉਠਾਈ ਸੀ, ਉਹ ਫਿਰ ਮੈਨੂੰ ਇੱਥੇ ਸੱਦ ਕੇ, 5 ਵਜ ਗਏ ਮੈਨੂੰ ਸੱਦ ਕੇ ਵੀ ਹੀਰਾ ਸਿਆਂ ਤੇਰਾ ਬੱਚਾ ਖੋਲਿਆ, ਉਹਦੇ ਬੱਚੇ ਦੀ ਨਾਮੇ ਰੱਖ, ਬੱਚਾ ਚਲਾ ਗਿਆ, ਬੱਚਾ ਨਹੀਂ ਤੈਨੂੰ ਮਿਲਣਾ। ਮੈਂ ਕਿਹਾ ਕਿਰਾ ਮੈਨੂੰ ਨਾ ਮੇਰਾ ਕਲੇਜਾ ਪਾੜ ਦਿਓ, ਜੇ ਉਹਦੇ ਕੋਲ ਨਾ ਰਹਿ ਗਿਆ ਜੀ ਮੈਨੂੰ ਮੇਰੇ ਅਫਸਰ ਦੇ ਕੋਲ ਲੈ ਜਾਓ। ਮੈਂ ਉਹਦੇ ਕੋਲ ਜੀ ਬਹੁਤ ਕਰਲਾਉਂਦਾ ਰਿਹਾ, ਉੱਠ ਕੇ ਮੈਨੂੰ ਪਾਣੀ ਪਿਆਉਂਦਾ ਰਿਹਾ, ਮੈਨੂੰ ਜੱਫੀ ਲੈਂਦਾ ਰਿਹਾ। ਫਿਰ ਉਹਨੇ ਇਹ ਵੀ ਆਖਿਆ ਵੀ ਇਹਨੂੰ ਨਾ ਠੱਲੋ ਨਾ, ਕਿਤੇ ਇਹਨੂੰ ਦੌਰਾ ਨਾ ਪੈ ਜਾਵੇ, ਬੋਲਣ ਦਿਓ, ਉਹਨੂੰ ਬਾਹਰ ਕੱਢਣ ਦਿਓ। ਫਿਰ ਪੁਲਿਸ ਲਗਾਤਾਰ ਖਲੋਤੀ ਸੀ, ਹਰ ਇੱਕ ਦੇ ਮਤਲਬ ਮੈਂ ਸਾਰੀ ਪੁਲਿਸ ਨੂੰ ਨਹੀਂ ਮਾੜਾ ਸਮਝਦਾ, ਮੇਰੇ ਆਪਦੇ ਬੱਚੇ ਵੀ ਹੈਗੇ ਆ, ਮੈਂ ਇਹ ਨਹੀਂ ਮੈਂ ਪੁਲਿਸ ਨੂੰ ਮੇਰਾ ਨਹੀਂ ਮਾੜਾ ਕਹਿੰਦਾ। ਪੁਲਿਸ ਦੇ ਉਦੋਂ ਅੱਖਾਂ ਦੇ ਵਿੱਚ ਹੰਝੂ ਵੀ ਆ ਗਏ ਸੀ। ਮੈਂ ਨਾ ਫਿਰ ਉਹਨਾਂ ਮੈਨੂੰ ਪਤਾ ਨਹੀਂ ਅਨਪੜ੍ਹ ਆਦਮੀ ਆ, ਫਿਰ ਉਹਨਾਂ ਇੱਕ ਅਫਸਰ ਆ ਕੋਈ DSP ਆ ਗਏ, ਫੌਜੀ ਕਹਿ ਰਿਹਾ ਸੀ ਮੈਂ ਫੌਜੀ ਹਾਂ, ਮੈਂ ਉਹਦੇ ਅੱਗੇ ਫਰਿਆਦ ਰੱਖੀ, ਭੱਜ ਕੇ ਉਹ ਹੀ ਉੱਠ ਖਲੋਤਾ, ਉੱਠ ਕੇ ਮੇਰੇ ਹੱਥੇ ਪਾਣੀ ਲਿਆ, ਮੈਂ ਝਾਂਗਰਾਂ ਮਾਰਦਾ ਰਿਹਾ, ਮੈਂ ਸਿਰ ਵੀ ਮਾਰਿਆ ਫੱਟੇ ਦੇ। ਮੈਂ ਕਿਹਾ ਕਿਆ ਮੇਰਾ ਕੀ ਜਾਣਾ, ਮੇਰੇ ਬੈਠਾ ਮੇਰਾ ਪੁੱਤ ਜੁੜ ਗਿਆ ਇੱਕ। ਜਦੋਂ ਤੁਸੀਂ ਕਿਹਾ ਆਪਣੇ ਬੱਚੇ ਬਚਾ ਲਓ, ਹਾਂ ਮੈਂ ਬੱਚੇ ਬਚਾ ਲਓ, ਮੇਰਾ ਤਾਂ ਬੱਚਾ ਚਲਾ ਗਿਆ, ਆਪਦੇ ਬੱਚੇ ਬਚਾ ਲਓ, ਮੈਂ ਜ਼ਰੂਰ ਆਉਂਦਾ, ਮੈਂ ਲੱਭਦਾ ਰਿਹਾ ਇਸ ਤਰ੍ਹਾਂ ਵੀ ਬਚਾ ਲਓ ਬਚਾ ਲਓ, ਵੀ ਅੱਗੇ ਨਾ ਬੱਚੇ ਮਰਨ, ਚਲੋ ਮੇਰਾ ਤਾਂ ਚਲਾ ਗਿਆ। ਮੈਂ ਇਹ ਵੀ ਆਉਂਦਾ ਰਿਹਾ ਵੀ ਇੱਕ ਬੱਚਾ ਜਿਹੜਾ ਮੇਰਾ ਆਪਦਾ ਉਹ ਮਿਲਟਰੀ ਵਾਲੇ ਗੱਡੀ ਨਾਲ ਐਕਸੀਡੈਂਟ ਹੋ ਗਿਆ, ਉਹ ਗੋਲੇ ਵਾਲੇ ਮਰ ਗਿਆ, ਅਤੇ ਮੈਂ ਕਿਹਾ ਦੋਧੇ ਦੀ ਆਸ ਰਹੀ, ਅਤੇ ਮੈਂ ਕਿਹਾ ਇਹ ਇੱਥੇ। ਬਾਪੂ ਜੀ ਤੁਸੀਂ 20-25 ਸਾਲ ਪਹਿਲਾਂ ਤਾਂ ਇਹ ਸੁਣਿਆ ਹੀ ਹੋਊਗਾ ਵੀ ਪੁਲਿਸ ਇੱਦਾਂ ਚੁੱਕ ਚੁੱਕ ਕੇ ਮਾਰਦੀ ਆ। ਮੇਰੇ ਮੂੰਹ ਨਾ ਖਵਾਓ, ਨਹੀਂ ਮੈਂ ਖਵਾਉਂਦਾ ਨਹੀਂ, ਮੈਂ ਇਹ ਤੁਹਾਨੂੰ ਪਤਾ ਤੇ ਹੋਊ, ਇਹ ਮੈਨੂੰ ਇਹ ਹੁਣ ਕਿਵੇਂ ਲੱਗਦੇ ਹੋ? ਜਦੋਂ ਅੱਤਵਾਦ ਦਾ ਚੱਕਰ ਸੀ ਮੈਨੂੰ, ਜਦੋਂ ਆਪਣੇ ਨਾਲ ਹੀ ਵਾਪਰ ਗਈ, ਵਾਪਰੀ ਹੁਣ ਕੀ ਜਾਪਦਾ? ਜਦੋਂ ਅੱਤਵਾਦ ਦਾ ਚੱਕਰ ਸੀ ਨਾ ਉਦੋਂ ਵੀ ਮੈਨੂੰ ਸਾਰਾ ਪਤਾ, ਜਿਸ ਹਿਸਾਬ ਤੇ ਬੱਚੇ ਜਾਂਦੇ ਸੀ, ਜਿਸ ਹਿਸਾਬ ਤੇ ਉੱਤੇ ਆਵਾਜ਼ ਨਹੀਂ ਨਿਕਲਦੀ ਸੀ ਵੀ ਡਰ ਬੜਾ ਸੀ ਵੀ ਜੇ ਮਾੜੀ ਆਵਾਜ਼ ਕੱਢੀ ਅਸੀਂ ਬਾਹਰ ਬੈਠੇ ਹਾਂ, ਜੇ ਆਵਾਜ਼ ਕੱਢੀ ਤੇ ਮਰ ਜਾਵਾਂਗੇ, ਉਦੋਂ ਡਰ ਸੀ। ਫਿਰ ਪੱਤਰਕਾਰ ਨੇ ਆਖਿਆ ਜਾ ਕੇ
ਆਪਾਂ ਇਹਨਾਂ ਦਾ ਮਸਲਾ ਹੱਲ ਕਰ ਦਈਏ, ਨਹੀਂ ਤਾਂ ਜਿਵੇਂ 84 ਚ ਅੱਗਾਂ ਲੱਗੀਆਂ ਸੀ ਨਾ ਉਵੇਂ ਅੱਗਾਂ ਲੱਗਣ। ਮੈਂ ਤਾਂ ਇੱਥੋਂ ਤੱਕ ਪਹੁੰਚਿਆ, ਉਦੋਂ ਪਿੱਛੇ ਨਗਰ 3 ਦਿਨ ਹੋ ਗਏ ਆ, ਕੋਈ ਸੁਣਵਾਈ ਜਾਪ ਰਹੀ ਆ ਇੱਥੇ? ਨਾ ਜੀ, ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਬੰਦਾ ਵੀ ਨਹੀਂ ਆ ਰਿਹਾ। ਕੋਈ ਵੀ ਕਿਸੇ ਕਿਸਮ ਦਾ ਮੀਂਹ ਪੈਂਦਾ ਪਿਆ, ਮੀਂਹ ਦੇ ਵਿੱਚ ਹੀ ਜਿੰਨੀ ਜਨਤਾ ਸੀ ਮੀਂਹ ਦੇ ਵਿੱਚ ਖਲੋਤੀ ਸੀ। ਦੋ ਗੁੱਡੀਆਂ ਸੀ, ਉਹ ਵੀ ਇਹ ਗੱਲ ਛੋਟੀਆਂ ਛੋਟੀਆਂ, ਉਹ ਵੀ ਇਹ ਗੱਲ ਕਹਿੰਦੀਆਂ, ਬਾਪੂ ਲਾਸ਼ ਲੈ ਕੇ ਨਿਕਲਾਂ, ਬਾਪੂ ਲਾਸ਼ ਲੈ ਕੇ ਨਿਕਲਾਂ। ਮੈਨੂੰ ਅਜੇ ਲਾਸ਼ ਦਾ ਤਨ ਪਤਨ ਨਹੀਂ ਲੱਗਾ, ਮੈਨੂੰ ਪਤਾ ਨਹੀਂ ਸਿੜਤਾ ਕੀ ਕਰਦਾ। ਚਲੋ ਮੈਨੂੰ ਕੁਝ ਲਾਸ਼ ਦੇ ਦੇ, ਮੈਂ ਆਪਦੀ ਕੁੜੀ ਦੀ ਝੋਲੀ 'ਚ ਪਾ ਦੂੰਗਾ, ਮੈਂ ਫਾਰਗ ਹੋ ਜੂੰਗਾ। ਨਹੀਂ ਤਾਂ ਸਦਾ ਉਹ ਕਹਿੰਦੀ ਰਹੂਗੀ, ਮੇਰਾ ਮੁੰਡਾ ਉਹ ਆਉਂਦਾ, ਮੇਰਾ ਮੁੰਡਾ ਉਹ ਆਉਂਦਾ। ਮੈਂ ਸਦਾ ਉਹਦਾ ਗੁਨਾਹ ਕਰ ਰਹੂੰਗਾ। ਉਹ ਮੈਨੂੰ ਕਿਸੇ ਦਿਨ ਗੁੱਸੇ ਹੋ ਕੇ ਇਹ ਵੀ ਕਹਿ ਸਕਦੀ ਆ, ਚਾਚਾ ਮੈਨੂੰ ਤਾਂ ਲਾਸ਼ ਵੀ ਨਹੀਂ ਦਵਾ ਸਕਿਆ। ਮੈਂ ਜਨਤਾ ਅੱਗੇ ਚੰਦਰਾਂ ਅੱਗੇ ਫਰਿਆਦ ਕਰਦਾ, ਮੇਰੀ ਲਾਸ਼ ਮੈਨੂੰ ਮੇਰੇ ਦੋਹਤੇ ਦੀ ਮਿਲ ਜੇ। ਮੈਂ ਇੰਨਾ ਧੰਨਵਾਦ, ਜਿਹੜੇ ਦੋਸ਼ੀ ਆ ਖਾਸ ਉਹਨਾਂ ਨੂੰ ਸਜ਼ਾ ਮਿਲ ਜੇ, ਮੇਰਾ ਕਲੇਜਾ ਠਰ ਸਕਦਾ ਜੀ। ਠੀਕ ਹੈ ਜੀ, ਧੰਨਵਾਦ। ਸੋ ਇਹ ਜਿਹੜੀ ਗੱਲਬਾਤ ਆ ਜਸਪਾਲ ਸਿੰਘ ਦੇ ਨਾਨਾ ਸਰਦਾਰ ਹੀਰਾ ਸਿੰਘ ਨਾਲ ਕੀਤੀ, ਉਹਨਾਂ ਨੇ ਆਪਣਾ ਜਿਹੜਾ ਦਰਦ ਦੱਸਿਆ। ਵੋਟਾਂ ਲਈ ਕਿੱਕੀ ਢਿੱਲੋਂ ਨਾਮ ਦਾ MLA ਜਿਹੜਾ ਇਹਨਾਂ ਕੋਲ ਆਇਆ, ਜਦੋਂ ਹੁਣ ਇਹਨਾਂ ਨੂੰ ਮੁਸੀਬਤ ਬਣ ਗਈ ਉਹ ਇੱਥੇ ਨਹੀਂ ਵੜਿਆ। ਇਹ ਗੱਲ ਕਿੱਕੀ ਢਿੱਲੋਂ ਨੂੰ ਸੁਣ ਲੈਣੀ ਚਾਹੀਦੀ ਆ ਕਿ ਲੋਕਾਂ ਦਾ ਦਰਦ ਦੁੱਖ ਕੀ ਹੁੰਦਾ, ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਵੇ, ਇਹ ਕੋਈ ਫਰਕ ਨਹੀਂ ਪੈਂਦਾ। ਪਰ ਇਹ ਕੀ ਵਾਪਰ ਰਿਹਾ, ਕਿਉਂ ਲੋਕ ਤਿੰਨਾਂ ਦਿਨਾਂ ਤੋਂ ਇੱਥੇ ਬੈਠੇ ਹੋਏ ਆ, ਕੋਈ ਇਹਨਾਂ ਨੂੰ ਇਨਸਾਫ ਨਾਂ ਦੀ ਚੀਜ਼ ਨਹੀਂ ਦਿਸ ਰਹੀ। ਸੋ ਬਜ਼ੁਰਗ ਦੀ ਜਿਹੜੀ ਗੱਲਬਾਤ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਸੋ ਜਿੰਨਾ ਕੁ ਸੱਚ ਅਸੀਂ ਆਪਣੇ ਰਾਹੀਂ ਤੁਹਾਨੂੰ ਦੱਸ ਸਕਦੇ ਹਾਂ ਉਹ ਤੁਹਾਡੀ ਝੋਲੀ ਪਾ ਰਹੇ ਹਾਂ। ਤੁਸੀਂ ਇਸ ਲਈ ਜਸਪਾਲ ਸਿੰਘ ਲਈ ਆਵਾਜ਼ ਬੁਲੰਦ ਕਰੋ ਤਾਂ ਜੋ ਉਹਦੇ ਨਾਲ ਜੋ ਕੁਛ ਵਾਪਰਿਆ ਉਹ ਸੱਚ ਸਾਹਮਣੇ ਆ ਸਕੇ। ਉਸ ਬੱਚੇ ਨਾਲ ਕੀ ਹੋਇਆ, ਕਿਵੇਂ ਉਸ ਨੂੰ ਖਤਮ ਕੀਤਾ ਗਿਆ, ਜੇ ਉਸਦਾ ਸਰੀਰ ਜਦੋਂ ਨਿਸਾਹ ਹੋ ਗਿਆ ਤਾਂ ਉਸ ਨੂੰ ਕਿੱਥੇ ਖਪਾ ਦਿੱਤਾ ਗਿਆ, ਨਰਿੰਦਰ ਸਿੰਘ ਕਿਉਂ ਖੁਦਕੁਸ਼ੀ ਕਰ ਗਿਆ। ਕਈ ਸਵਾਲ ਅਜੇ ਲੋਕਾਂ ਦੇ ਜਿਹੜੇ ਆ ਮੂੰਹ ਅੱਡੇ ਹੋਏ ਆ ਵੀ ਇਹਨਾਂ ਦਾ ਉੱਤਰ ਲੋਕ ਮੰਗ ਰਹੇ ਆ। ਉਹਦੇ ਵਿੱਚ ਇਹ ਪਰਿਵਾਰ ਵੀ ਸ਼ਾਮਿਲ ਆ, ਕਈ ਅਣਗਿਣਤ ਜਥੇਬੰਦੀਆਂ ਅਤੇ ਜਥੇਬੰਦੀਆਂ ਤੋਂ ਬਾਹਰੇ ਲੋਕ ਵੀ ਜਿਹੜੇ ਕਿਸੇ ਨਾਲ ਭਾਵੇਂ ਨਹੀਂ ਜੁੜੇ ਹੁੰਦੇ, ਤਾਂ ਵੀ ਉਹ ਇਨਸਾਨੀਅਤ ਤੌਰ 'ਤੇ ਆ ਕੇ ਆਪਣਾ ਦੁੱਖ ਦਰਦ ਇੱਥੇ ਵੰਡਾ ਰਹੇ ਆ। ਸੋ ਇਸ ਗੱਲ ਨੂੰ ਉਨਾ ਚਿਰ ਲਗਾਤਾਰ ਰੱਖੋ ਜਿੰਨਾ ਚਿਰ ਦੋਸ਼ੀਆਂ ਨੂੰ ਕਿਸੇ ਪਾਸੇ ਸਜ਼ਾ ਵਾਲੀ ਗੱਲ, ਪਹਿਲਾਂ ਤਾਂ ਸ਼ਨਾਖਤ ਹੋਵੇ ਦੋਸ਼ੀਆਂ ਦੀ, ਸ਼ਨਾਖਤ ਪੁਲਿਸ ਤਾਂ ਜਾਣਦੀ ਹੋਊਗੀ ਇਹ ਦੋਸ਼ੀ ਕੌਣ ਨੇ, ਪਰ ਉਹ ਜਿਹੜੇ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਆ ਉਹਨਾਂ ਨੂੰ ਸਜ਼ਾ ਯੋਗ ਬਣਾਇਆ ਜਾਵੇ। ਸੋ ਇਹੀ ਸਾਰੀ ਗੱਲਬਾਤ ਦਾ ਸਿੱਟਾ ਵਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।